सूबे के अंदर जिथे एक पासे पंजाब के मुख्यमंत्री कैप्टन अमरिंदर सिंह पंजाब च अमन शांति बनाए रखने के वड्डे वड्डे दावे करते नजर आते हैं। अज नगर कौंसल चोणां नूं लैके उन्हां दावयां दीआं धज्जियां उड़दीआं नजर आईआं। पहलां जलालाबाद विच कांग्रेस पार्टी दे नाल संबंधित कुछ लोगों वल्लों अकालियों दे नाल झड़प की गई, हुण फिरोजपुर विच आम आदमी पार्टी के उम्मीदवारां दीआं कापियां खोईआं गईआं। इस संबंधी जानकारी दिंदिआं आम आदमी पार्टी के उम्मीदवारां दस्सिआ कि पुलिस के सामने उन्हां कोलों पेपर खोहे गए ने अते पुलिस मुख दर्शक बन के सब देखती रही, इसलिए उह इलैक्शन दा बाइकाट करके चले ने। ਪੰਜਾਬ ਦੇ ਨੌਜਵਾਨੋ ਬਾਜੋ ਜੇ ਤੁਸੀਂ ਸਾਡੀਆਂ ਫਾਈਲਾਂ ਖੋਈਆਂ ਗਈਆਂ, ਅੱਜ ਸਾਡੇ ਨਾਲ ਧੱਕਾ ਕੀਤਾ ਗਿਆ, ਸਾਡੀ ਪੰਗਾਂ ਲਾਈਆਂ ਗਈਆਂ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਘਰੇ ਬਹਿ ਕੇ ਬਣਾ ਲੈਣ ਐਮਸੀ ਤੇ ਘਰੇ ਬਹਿ ਕੇ ਐਮਐਲਏ ਬਣਾ ਦੇਣ, ਐਵੇਂ ਸਰਕਾਰਾਂ ਦੇ ਜਨਤਾ ਦੇ ਪੈਸੇ ਲਈ ਜਾਂਦੇ ਨੇ, ਐਵੇਂ ਖਰਾਬ ਕੀਤੇ ਨੇ ਪ੍ਰਸ਼ਾਸਨ ਹੀ ਖਰਾਬ ਹੁੰਦਾ ਪਿਆ। ਅਸੀਂ ਸਾਰੇ ਭਾਰਤ ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਭਾਰਤ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ, ਇਹਨਾਂ ਨੇ ਸ਼ਰੇਆਮ ਧੱਕਾ ਕੀਤਾ, ਇੱਕ ਸਾਡੇ ਸਾਬਕਾ ਹਲਕਾ ਇੰਚਾਰਜ ਨਾਲ ਧੱਕਾ ਕੀਤਾ, ਜਦੋਂ ਅਸੀਂ ਫਾਈਲਾਂ ਲਈ ਬੰਦੇ ਠੱਲੇ ਜਾਣ ਕੇ ਇਹਨਾਂ ਨੇ ਵਿੱਚ ਡੰਮੀ ਬੰਦੇ ਖੜਤੇ ਕੁਛ ਨਾ, ਅਸੀਂ ਫੋਨ ਕਰਕੇ ਥੱਕ ਗਏ ਐਸ ਡੀ ਐਮ ਨੂੰ, ਡੀ ਸੀ ਸਾਹਿਬ ਨੂੰ, ਐਸ ਐਸ ਪੀ ਨੂੰ, ਸਾਡਾ ਕਿਸੇ ਨੇ ਕਾਲ ਨਹੀਂ ਅਟੈਂਡ ਕੀਤੀ, ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਵੈਸੇ ਲੈਣਾ 'ਚ ਬੰਦੇ ਖੜੇ, ਫਾਈਲਾਂ ਤੁਰ ਨਹੀਂ ਦਿੱਤੀਆਂ ਗਈਆਂ, ਅੱਗੇ ਫਾਈਲਾਂ ਉੱਥੇ ਖੜਾ ਦਿੱਤੀਆਂ ਗਈਆਂ। ਤੁਸੀਂ ਬਾਈਕਾਟ ਕੀਤਾ ਹੈਗਾ? ਅਸੀਂ ਡੀ ਸੀ ਦਫ਼ਤਰ ਤੋਂ ਬਾਹਰ ਚੱਲੇ ਹਾਂ, ਦੱਸਣ ਲੱਗੇ ਹਾਂ ਬਈ ਆਹ ਇਲੈਕਸ਼ਨ ਆ, ਆਹ ਪੰਜਾਬ ਦਾ ਹਾਲਾਤ ਆ, ਇਸ ਇਲੈਕਸ਼ਨ ਨੂੰ ਕੈਂਸਲ ਕੀਤਾ ਜਾਵੇ ਜਲਦ ਤੋਂ ਜਲਦ। ਇੱਕ ਹੋਰ ਗੱਲ ਕਰਦੇ ਹਾਂ, ਕਿਸਾਨ ਯੂਨੀਅਨ, ਸਾਡੀ ਜਿਹੜੀ ਕਿਸਾਨ ਯੂਨੀਅਨ ਆ, ਕਿਸਾਨ ਯੂਨੀਅਨ ਦਿੱਲੀ ਬੈਠੀਆਂ, ਤੁਹਾਨੂੰ ਦੱਸਣਾ ਚਾਹੁੰਦੇ ਤੁਹਾਡੇ ਝੰਡੇ ਲੈ ਕੇ ਲੋਕਾਂ ਦੇ ਨਾਲ ਗੁੰਡਾਗਰਦੀ ਹੋ ਰਹੀ ਆ, ਤੁਹਾਡੇ ਝੰਡੇ ਲੈ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਡੀ। ਤੇ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਫੇਰ ਬੇਨਤੀ ਕਰਦਾ, ਇਹਨਾਂ ਨੇ ਤੁਹਾਨੂੰ ਬਹੁਤ ਜਾੜਿਆ, ਇਹਨਾਂ ਪਿੱਛੇ ਲਾ ਕੇ ਆਪਦੀ ਕਿਸਮਤ ਦੀਆਂ ਫਾਈਲਾਂ ਨਾ ਖੋਵੋ। ਜੇ ਆਮ ਆਦਮੀ ਪਾਰਟੀ ਪੰਜਾਬ 'ਚ ਆਉਂਦੀ ਹੈ, ਤੁਹਾਨੂੰ ਨੌਕਰੀ ਵੀ ਮਿਲੂਗੀ, ਤੁਹਾਨੂੰ ਰੁਜ਼ਗਾਰ ਵੀ ਮਿਲੂਗਾ, ਗੈਂਗਸਟਰ ਵਾਲਾ ਲਾਇਆ ਪਟਾ ਵੀ ਲਾਵਾਂਗੇ, ਨਸ਼ੇ ਵਾਲਾ ਲਾਇਆ ਉਹ ਵੀ ਲਾਵਾਂਗੇ, ਪਰ ਇਹ ਤੁਹਾਨੂੰ ਵਰਤਣਾ ਚਾਹੁੰਦੇ ਆ ਪੰਜਾਬ ਦੇ ਨੌਜਵਾਨੋ ਬਾਜੋ। ਤੁਸੀਂ ਬਾਈਕਾਟ ਕੀਤਾ ਜੀ ਇਲੈਕਸ਼ਨ ਦਾ? ਹਾਂ, ਬਾਈਕਾਟ ਕਰਦੇ ਇਲੈਕਸ਼ਨ ਦਾ, ਅਸੀਂ ਰਾਜਾ ਤੱਕ ਸਾਡਾ ਮੈਸੇਜ ਪਹੁੰਚਾ ਦਿਓ ਕਿ ਇਹ ਜੀ ਸਿਆਸਤ ਅਸੀਂ ਜ਼ਿੰਦਗੀ 'ਚ ਨਹੀਂ ਚਾਹੁੰਦੇ, ਜੋ ਅੱਜ 30 ਸਾਲਾਂ ਤੋਂ ਚੱਲ ਰਹੀ ਹੈ, ਜੋ 30 ਸਾਲਾਂ ਤੋਂ ਇਲੈਕਸ਼ਨ ਨਹੀਂ ਹੋ ਰਹੇ, ਜਵਾਨ ਬੱਚੇ ਵੋਟਾਂ ਪਾਉਣ ਤੋਂ ਤਰਸ ਰਹੇ, ਕਿਉਂ ਤਰਸ ਰਹੇ ਹੈ, ਕਿਉਂ ਨਹੀਂ ਇਲੈਕਸ਼ਨ ਹੋ ਰਹੇ? ਕਦੇ ਪਹਿਲਾਂ ਅਕਾਲੀਆਂ ਦਾ ਰਾਜ ਸੀ, ਉਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ, ਅੱਜ ਕਾਂਗਰਸ ਦਾ 200 ਤੋਂ ਰਾਜ ਹੈ, ਇਲੈਕਸ਼ਨ ਅੰਦਰ ਗੁੰਡੇ ਖੜੇ ਹੈ, ਕਿਉਂ ਖੜੇ ਹੈ? ਕੋਈ ਲੈ ਨਹੀਂ ਹੈਗੀ, ਹੁਣ ਸਾਰੇ ਨਿਕਲ ਗਏ, ਅਸੀਂ ਇੱਧਰ ਆਏ, ਦੇਖੋ ਤੁਸੀਂ ਲੇਡੀਆਂ ਫਰੋਏ ਪਰਦਾਉ ਸਾਡੇ ਨਾਲ ਬਿਠਾਈਏ ਤੁਹਾਨੂੰ, ਆਓ ਦੇਖੋ, ਇਹ ਗੱਲ ਹੀ ਬਈ, ਆਓ ਆਓ ਵੇਖੋ ਤੁਸੀਂ ਮੀਡੀਆ ਆ ਕੇ ਸ਼ਰਿਆਮ ਮੇਰੇ ਗੱਲ ਪੈ ਗਏ ਔਰ ਮੇਰੇ ਚੁੰਨੀ ਖੋਲੀ ਔਰ ਮੇਰੀ ਫਾਈਲ ਖੋਲ ਕੇ ਫਾੜ ਦਿੱਤੀ। ਕੀ ਨਾਮ ਕੀ ਹੈ ਤੁਹਾਡਾ? ਸੋਨੀਆ ਹੈ ਮੇਰਾ ਨਾਮ। ਕਿਹੜੇ ਵਾਰਡ ਤੋਂ ਤੁਸੀਂ ਫਾਈਲ ਪਾਈ? ਮੈਂ 29 ਨੰਬਰ ਵਾਰਡ ਤੋਂ ਹਾਂ ਔਰ ਸ਼ਰਿਆਮ ਇੱਥੇ ਕਾਂਗਰਸ ਦੇ ਵਰਕਰ, ਮੈਂ ਬੀਜੇਪੀ ਤੋਂ ਹਾਂ ਔਰ ਸ਼ਰਿਆਮ ਇੱਥੇ ਕਾਂਗਰਸ ਦੇ ਵਰਕਰ ਗੁੰਡਾਗਰਦੀ ਕਰ। ਵਾਰਡ ਨੰਬਰ ਕਿਹੜਾ ਤੁਹਾਡਾ? 29। ਕੀ ਨਾਮ ਤੁਹਾਡਾ? ਸ਼ਰਿਆਮ ਕਿਹਾ ਉਹਨਾਂ ਨੇ, ਕਹਿਣਗੇ ਛਿੱਤਰ ਬਹਿ ਰਹੇ, ਯੇ ਬਹਿ ਰਹੇ ਔਰ ਸਰ ਸਾਡੇ ਸਾਹਮਣੇ ਸਾਰਿਆਂ ਦੇ ਇਹੀ ਸਭ ਕੁਝ ਹੋਇਆ। ਮੈਨੂੰ ਕੁੱਟਿਆ ਨਾਲ ਦੇਖੋ, ਆ ਦੇਖੋ ਸਾਰਾ ਕੁਝ, ਮੈਨੂੰ ਕੁੱਟਿਆ ਨਾਲ, 10 ਤੋਂ 15 ਜਣੇ ਸੀ ਕਰਦੇ ਹੋ ਸਰ, ਮੈਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਔਰ ਵੋਟਿੰਗ ਜਿਹੜੀ ਉਹ ਬਿਲਕੁਲ ਨਿਰਪੱਖ ਹੋਣੀ ਚਾਹੀਦੀ ਹੈ। ਫੋਰਸ ਫੋਰਸ ਬੈਲ ਨਿਕਾਲ, ਫੋਰਸ ਬੈਲ ਮੂਕ ਦਰਸ਼ਕ ਬਣੀ ਆ, ਪੁਲਿਸ ਬਿਲਕੁਲ ਸਾਰਾ ਕੁਝ ਹੋਇਆ। ਅਸੀਂ ਐਸਐਚਓ ਕੋਲੇ, ਡੀਐਸਪੀ ਕੋਲੇ, ਜਿਹਦੇ ਕੋਲੇ ਜਾਣਾ ਹੈ, ਉਹ ਕਿਹਨਾਂ ਉਹਦੀ ਜ਼ਿੰਮੇਵਾਰੀ, ਉਹ ਕਿਹਨਾਂ ਉਹਦੀ ਜ਼ਿੰਮੇਵਾਰੀ, ਉਹ ਕਿਹਨਾਂ ਉਹਦੀ ਜ਼ਿੰਮੇਵਾਰੀ, ਪੁਲਿਸ ਬਿਲਕੁਲ ਖੜੀ ਹੋ ਕੇ ਨਾ ਕੋਈ ਸਰ, ਮੇਰੀ ਫਾਈਲ 29 ਨੰਬਰ ਵਾਰਡ ਤੋਂ ਸੋਨੂੰ ਐਮਸੀ ਦੇ ਗੁੰਡਿਆਂ ਨੇ ਖੋਈ ਹੈ। ਹਾਂਜੀ ਸਰ, ਤਮਾਸ਼ਾ ਦੇਖ ਰਹੀ ਪੁਲਿਸ ਵੀ, ਸਭ ਉੱਥੇ ਮਿਲ ਕੇ ਤਮਾਸ਼ਾ ਦੇਖ ਰਹੇ ਔਰ ਕੋਈ ਵੀ ਔਰਤ ਦੀ ਇੱਥੇ ਇੱਜ਼ਤ ਹੈ ਨਹੀਂ, ਸ਼ਰੇਆਮ ਔਰਤ ਦੀ ਇੱਜ਼ਤ ਨਿਲਾਮੀ ਜਾ ਰਹੀ ਹੈ। ਸਰ ਕੱਲ ਮੇਰੀ ਫਾਈਲ ਖੋਈ ਤੋ ਜੀ ਗੇਟ ਕੇ ਅੰਦਰ ਸਾਰੀ ਪੁਲਿਸ ਕੋਲ ਖੜੀ ਥੀ, ਇੰਸਪੈਕਟਰ ਸਭੀ ਖੜੇ ਹੋਏ ਥੇ ਐਸਐਚਓ, ਬਟ ਮੇਰੇ ਹੱਥ ਸੇ ਲੜਕਾ ਫਾਈਲ ਛੀਨ ਕੇ ਭਾਗਾ ਔਰ ਵੋ ਸੀਧਾ ਆਫਿਸ ਕੇ ਅੰਦਰ ਗਿਆ। ਅਗਰ ਵੋ ਬਾਹਰ ਕਾ ਬੰਦਾ ਹੁੰਦਾ ਤੋ ਬਾਹਰ ਭਾਗਤਾ, ਉਸਕੋ ਆਫਿਸ ਮੇ ਜਾਨੇ ਕੀ ਕਿਆ ਜ਼ਰੂਰਤ ਥੀ? ਤੁਹਾਡਾ ਕੀ ਨਾਮ ਹੈ ਜੀ, ਤੁਸੀਂ ਕਿਹੜੇ ਵਾਰਡ ਤੋਂ ਖੜੇ ਹੋ? ਮੇਰਾ ਨਾਮ ਤਲਵਾਰ ਹੈ, ਮੈਂ 11 ਨੰਬਰ ਵਾਰਡ ਸੇ ਆਮ ਆਦਮੀ ਪਾਰਟੀ ਕੀ ਤਰਫ ਸੇ ਹੂੰ। ਯਹਾਂ ਪੇ ਹਮਾਰੀ ਕੋਈ ਸੁਣਵਾਈ ਨਹੀਂ, ਆਜ ਵੀ ਨਕਲੀ ਬੰਦੇ ਖੜੇ ਕਰ ਰੱਖੇ ਹੈ, ਅਬ ਸਭ ਕੇ ਹੱਥ ਮੇ ਝੂਠੀ ਫਾਈਲ ਹੈ, ਕੋਈ ਵੀ ਫਾਈਲ ਮੇ ਕੋਈ ਏਕ ਵੀ ਪੇਪਰ ਨਹੀਂ ਹੈ। ਜੈਸੇ ਹੀ ਹਮ ਲੋਗੋਂ ਨੇ ਬਾਈਕਾਟ ਕਰ ਦਿਆ, ਵੋ ਸਭ ਕੇ ਸਭ ਤਿੱਤਰ ਬਿੱਤਰ ਹੋ ਗਏ, ਕਿਉਂਕਿ ਵੋ ਸਭ ਝੂਠ ਦਾ ਦਿਖਾਵਾ ਥਾ। ਹਮ ਸੁਬਹ ਸੇ 7:30 ਵਜੇ ਸੇ ਕੋਈ ਖੜਾ ਹੈ, ਕੋਈ 8 ਵਜੇ ਸੇ ਖੜਾ ਹੈ, ਏਕ ਵੀ ਬੰਦਾ ਅੰਦਰ ਨਹੀਂ ਗਿਆ, ਨਾ ਕਿਸੀ ਕੋ ਜਾਣੇ ਦੀ ਗਈ ਹੈ, ਸਿਰਫ ਏਕ ਡਰਾਮਾ ਬਾਜੀ ਹੈ। ਅਗਰ ਆਪਕੋ ਐਮਸੀ ਬਣਾਨੇ ਹੈ ਤੋ ਇਤਨਾ ਭਾਰਤ ਪੇ ਹਮਾਰੇ ਲੋਗੋਂ ਪੇ ਇਤਨਾ ਬੋਝ ਡਾਲਨੇ ਕੀ ਜ਼ਰੂਰਤ ਨਹੀਂ ਹੈ, ਹਮਾਰੇ ਉਪਰ ਬੋਝ ਪੜਤਾ ਹੈ, ਕਿਉਂ ਕਰਵਾਤੇ ਹੈ ਇਲੈਕਸ਼ਨ ਇਹ ਲੋ? ਜਬ ਉਹਨੇ ਆਪਣੀ ਪਸੰਦ ਕੇ ਐਮਸੀ ਚੁਣਨੇ ਆਪਣੀ ਪਾਰਟੀ ਕੇ, ਤੋ ਕਿਉਂ ਗਰੀਬੋਂ ਕਾ ਖੂਨ ਚੂਸਤੇ ਹਮਾਰੇ ਉਪਰ ਹੀ ਬੋਝ ਪੜੇਗਾ, ਵੋ ਤੋ ਉਨਕੋ ਨਹੀਂ ਬਣਾਨੀ ਚਾਹੀਏ ਕੋਈ ਵੀ ਐਮਸੀ ਵਗੈਰਾ। ਆਵਾਜ਼ ਕਮ ਟੀਵੀ ਲਈ ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।